ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 6045076666। ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਗਿਆਨੀ ਸਵਰਨ ਸਿੰਘ ਜੀ ਜਿਹੜੇ ਕਿ ਕਈ ਮਹੀਨਿਆਂ ਤੋਂ ਸਾਡੇ ਕੋਲ ਇੱਥੇ ਆ ਕੇ ਬਲਕਿ ਕਈ ਸਾਲਾਂ ਤੋਂ ਇੱਥੇ ਆ ਕੇ ਗੁਰਮਤ ਨਾਲ ਜੋੜਨ ਦੀ ਸਾਡੇ ਨੂੰ ਕੋਸ਼ਿਸ਼ ਕਰ ਰਹੇ ਨੇ ਅਤੇ ਦੱਸ ਰਹੇ ਨੇ ਕਿ ਗੁਰਮਤ ਦਾ ਸਹੀ ਸਿਧਾਂਤ ਕੀ ਹੈ, ਇੱਕ ਅਸੀਂ ਨਵਾਂ ਕੋਨਸੈਪਟ ਕਿ ਇੱਕ ਨਾਲ ਕਿਉਂ ਜੁੜਨਾ ਹੈ ਉਸ ਬਾਰੇ ਜਿਹੜਾ ਗੁਰੂ ਸਾਹਿਬ ਸਾਨੂੰ ਕਹਿ ਰਹੇ ਨੇ। ਪਿਛਲੇ ਹਫ਼ਤੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕੀਤੀ ਸੀ ਕਿ ਇੱਕ ਨਾਲ ਜੁੜਨ ਨਾਲ ਸਾਡੇ ਵਿਕਾਰ ਜਿਹੜੇ ਨੇ ਉਹ ਖਤਮ ਹੋ ਸਕਦੇ ਨੇ, ਇੱਕ ਨਾਲ ਜੁੜਨ ਨਾਲ ਸਾਨੂੰ ਜੀਵਨ ਦੀ ਸੇਧ ਮਿਲ ਸਕਦੀ ਹੈ। ਇਸੀ ਸਫ਼ਰ ਵਿੱਚ ਆਓ ਮੁੜ ਤੋਂ ਜੁੜ ਕੇ ਗਿਆਨੀ ਸਵਰਨ ਸਿੰਘ ਜੀ ਤੋਂ ਹੋਰ ਜਾਣਕਾਰੀ ਲੈਂਦੇ ਹਾਂ। ਗਿਆਨੀ ਜੀ, ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇੱਕ ਨਾਲ ਜੁੜਨ ਦਾ ਫਾਇਦੇ ਤੁਸੀਂ ਸਾਨੂੰ ਦੱਸ ਰਹੇ ਕਿ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਸਾਨੂੰ ਕਹਿ ਰਹੇ ਨੇ ਕਿ ਜੇਕਰ ਇੱਕ ਨਾਲ ਜੁੜ ਜਾਂਦੇ ਹਾਂ ਅਸੀਂ ਤਾਂ ਉਸ ਨਾਲ ਫਿਰ ਸਾਡੇ ਜਿਹੜੇ ਵਿਕਾਰ ਨੇ ਸਾਨੂੰ ਪਰੇਸ਼ਾਨ ਨਹੀਂ ਕਰਨਗੇ, ਨਹੀਂ ਤਾਂ ਅਸੀਂ ਪੂਰਾ ਜੀਵਨ ਜਿਹੜਾ ਹੈ ਵਿਕਾਰਾਂ 'ਚ ਹੀ ਗੁਜ਼ਾਰ ਦਾਂਗੇ ਕਿਉਂਕਿ ਸਾਨੂੰ ਸਮਝ ਨਹੀਂ ਆਏਗੀ। ਹੋਰ ਥੋੜ੍ਹਾ ਜੋ ਇਸ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਦੱਸ ਰਹੇ ਨੇ, ਦੱਸੋ ਜੀ। ਮਨ ਕਦੀ ਖਾਲੀ ਨਹੀਂ ਹੁੰਦਾ, ਰਾਈਟ, ਵਿਹਲਾ ਨਹੀਂ ਹੁੰਦਾ। ਮਨ, ਮਾਇੰਡ ਇਜ਼ ਆਲਵੇਜ਼ ਆਕੂਪਾਈਡ। ਜੇ ਮਨ ਤੁਹਾਡਾ ਰੱਬ ਨਾਲ ਜੁੜ ਕੇ ਉਹਦੇ ਨਾਲ ਆਕੂਪਾਈਡ ਹੋ ਗਿਆ ਤਾਂ ਬਾਕੀ ਆਕੂਪੇਸ਼ਨ ਵਾਲੇ ਲਾਗੇ ਨਹੀਂ ਆਉਂਦੇ। ਪਰ ਜਦੋਂ ਮਨ ਰੱਬ ਤੋਂ ਵਿਹਲਾ ਹੋ ਗਿਆ ਤਾਂ ਫਿਰ ਉਹਦੀ ਮਾਇੰਡ ਇਜ਼ ਆਕੂਪਾਈਡ ਵਿਦ ਦਾ ਡਿਜ਼ਾਇਰਸ ਐਂਡ ਦਾ ਟੈਂਪਟੇਸ਼ਨ। ਠੀਕ ਹੈ, ਹੁਣ ਦੇਖ ਲਓ ਤੁਹਾਡੀ ਮਰਜ਼ੀ ਆ ਕਿ ਉਹਨਾਂ ਟੈਂਪਟੇਸ਼ਨ ਤੋਂ ਤੁਸੀਂ ਬਚਣਾ ਚਾਹੁੰਦੇ ਹੋ ਜਾਂ ਤੁਸੀਂ ਟੈਂਪਟੇਸ਼ਨ ਦੇ ਗੁਲਾਮ ਰਹਿਣਾ ਚਾਹੁੰਦੇ ਹੋ। ਔਰ ਗੁਲਾਮੀ ਜਿਹੜੀ ਆ ਉਹ ਮਨੁੱਖ ਦੀ ਨਾ ਬੋਲੀ ਰਹਿਣ ਦਿੰਦੀ ਆ, ਨਾ ਉਹਦੀ ਆਜ਼ਾਦ ਹਸਤੀ ਰਹਿਣ ਦਿੰਦੀ ਆ। ਅਤੇ ਗੁਰੂ ਸਾਹਿਬ ਨੇ ਸਾਨੂੰ ਆਜ਼ਾਦ ਕੀਤਾ ਸੀ। ਦੇਖੋ, ਆਜ਼ਾਦੀ ਹੁੰਦੀ ਆ ਮਨ ਦੀ ਆਜ਼ਾਦੀ। ਮਨ ਦੀ ਆਜ਼ਾਦੀ ਸਾਡੇ ਸਤਿਗੁਰੂ ਜੀ ਨੇ ਜਿਹੜੀ ਬਖਸ਼ੀ ਸੀ, ਅਸੀਂ ਜਾਣ ਬੁੱਝ ਕੇ ਅਸੀਂ ਫਿਉ ਕਰੋ ਕਿਉਂ ਗੁਲਾਮੀ ਵਿੱਚ ਫਸੀਏ। ਦੇਖੋ, ਐਂਟਰਟੇਨਮੈਂਟ, ਮੈਂਟਲ ਐਂਟਰਟੇਨਮੈਂਟ, ਅਗਰ ਅਸੀਂ ਰੱਬ ਨਾਲ ਨਹੀਂ ਜੁੜਦੇ ਤਾਂ ਅਸੀਂ ਫਿਰ ਕੀ ਪਾਲਦੇ ਹਾਂ? ਅਸੀਂ ਪਾਲਦੇ ਹਾਂ ਸ਼ੁਗਲ ਮੇਲਾ, ਮਨ ਦੇ ਵਿੱਚ ਸਾਡਾ ਪਰਚਾਵਾ, ਮਨ ਪਰਚਾਵਾ ਕਹਿ ਲਓ। ਔਰ ਮਨ ਪਰਚਾਵੇ ਵਿੱਚ ਸਾਰਾ ਜਗਤ ਬੁਰੀ ਤਰ੍ਹਾਂ ਫਸਿਆ ਹੋਇਆ, ਔਰ ਸਿੱਖ ਜਗਤ ਜਿਹੜਾ ਹੈ ਉਹ ਵੀ ਪਿਛਲੇ 40 ਸਾਲਾਂ 'ਚ ਬਹੁਤ ਬੁਰੀ ਤਰ੍ਹਾਂ ਫਸ ਗਿਆ। ਮਨ ਪਰਚਾਵਾ ਵੇਖਣਾ ਹੋਵੇ ਤਾਂ ਸਾਡੇ ਜਿਹੜੇ ਸਮਾਗਮ ਚੱਲਦੇ ਨੇ ਉਹਨਾਂ ਸਮਾਗਮਾਂ ਵਿੱਚ ਵੇਖਿਆ ਜਾਏ। ਮੈਂ ਤਾਂ ਇੱਥੋਂ ਤੱਕ ਵੀ ਦੇਖਦਾ ਕਿ ਧਾਰਮਿਕ ਸਾਡੇ ਜਿਹੜੇ ਪ੍ਰੋਗਰਾਮ ਉਹਦੇ ਵਿੱਚ ਵੀ ਬਹੁਤਾ ਮਨ ਪਰਚਾਵਾ ਹੀ ਦਿਖਾਇਆ ਜਾਂਦਾ ਤਾਂ ਕਿ ਲੋਕ ਖੁਸ਼ ਰਹਿਣ। ਅਤੇ ਮਨ ਪਰਚਾਵਾ ਤੁਹਾਨੂੰ ਰੱਬ ਤੋਂ ਦੂਰ ਕਰਦਾ ਹੈ, ਅਤੇ ਜਦੋਂ ਤੁਸੀਂ ਰੱਬ ਦੇ ਨੇੜੇ ਹੋ ਗਏ ਜਾਂ ਉਹਦੇ ਨਾਲ ਜੁੜ ਗਏ ਤਾਂ ਤੁਹਾਨੂੰ ਮਨ ਪਰਚਾਵੇ ਦੀ ਲੋੜ ਨਹੀਂ, ਕਿਉਂਕਿ ਮਨ ਪਰਚਾਵਾ ਇੱਕ ਬਹੁਤ ਹੇਠਲੀ ਅਵਸਥਾ ਹੈਗੀ ਆ, ਅਤੇ ਹੇਠਲੀ ਅਵਸਥਾ ਤੋਂ ਗੁਰੂ ਸਾਹਿਬ ਨੇ ਉੱਪਰ ਚੁੱਕਿਆ। ਤੁਸੀਂ ਆਤਮਿਕ ਜੀਵਨ ਵਿੱਚ ਆਵੋ, ਤੁਹਾਨੂੰ ਫਿਰ ਮਨ ਪਰਚਾਵੇ ਦੀ ਲੋੜ ਨਹੀਂ। ਨੱਚਣ ਕੁੱਦਣ ਮਨ ਕਾ ਚਾਓ, ਪਰ ਇਨਸਾਨ ਨੇ ਮਨ ਦੇ ਚਾਅ ਵਿੱਚ ਨਹੀਂ ਰਹਿਣਾ, ਕਿਉਂਕਿ ਮਨ ਦਾ ਚਾਅ ਸਾਰੀ ਸ੍ਰਿਸ਼ਟੀ ਵਿੱਚ ਮਨੁੱਖ ਨੂੰ ਕਿਸੇ ਪਾਸੇ ਵੀ ਲਿਜਾਂਦਾ ਨਹੀਂ ਬਲਕਿ ਕਨਫਿਊਜ਼ਨ ਪੈਦਾ ਕਰਦਾ। ਗੁਰੂ ਸਾਹਿਬ ਨੇ ਇੱਥੇ ਜਦੋਂ ਸ਼ਬਦ ਵਿੱਚ ਲਿਖਿਆ ਸੀ, ਉਹ ਕਹਿੰਦੇ ਨੇ ਤਿਸ ਸਰਣਾਈ ਸਦਾ ਸੁੱਖ। ਜਿਤਨੀ ਦੇਰ ਤੱਕ ਤੂੰ ਰੱਬ ਦੀ ਸਰਸ਼ਣ ਵਿੱਚ ਰਹੇਗਾ ਤੈਨੂੰ ਸਦਾ ਸੁੱਖ ਹੋਵੇਗਾ। ਸੁੱਖ ਦਾ ਮਤਲਬ ਤੈਨੂੰ ਚੈਨ ਰਹੇਗੀ, ਬੇਚੈਨੀ ਮੁੱਕ ਜਾਏਗੀ, ਤੈਨੂੰ ਸਬਰ ਰਹੇਗਾ, ਬੇਸਬਰੀ ਮੁੱਕ ਜਾਏਗੀ, ਤੇਰੇ ਅੰਦਰ ਸੰਤੋਖ ਆਵੇਗਾ, ਟਿਕਾਓ ਆਵੇਗਾ। ਪਰ ਜਿਤਨੀ ਉਹ ਜਦੋਂ ਤੱਕ ਤੁਸੀਂ ਉਹਦੀ ਸ਼ਰਨ ਵਿੱਚ ਰਹਿੰਦੇ ਹੋ, ਪਾਰ ਬ੍ਰਹਮ ਕਰਤਾਰ, ਉਹ ਅਕਾਲ ਪੁਰਖ ਜੋ ਪਾਰ ਬ੍ਰਹਮ ਹੈ, ਜੋ ਕ੍ਰੀਏਟਰ ਹੈ, ਉਹਦੀ ਸ਼ਰਨ ਵਿੱਚ ਰਹਿ ਕੇ ਹੀ ਤੈਨੂੰ ਸਦਾ ਸੁੱਖ। ਗੁਰੂ ਸਾਹਿਬ ਨੇ ਵੀ ਕਿਹਾ ਨਾ, ਜੋ ਸੁੱਖ ਉਹ ਚਾਹੇ ਸਦਾ ਸ਼ਰਨ ਰਾਮ ਕੀ ਲੇ। ਇਹ ਥੋੜ੍ਹਾ ਕਿਹਾ ਵੀ ਜੋ ਸੁੱਖ ਉਹ ਚਾਹੇ ਸਦਾ, ਵੀ ਸ਼ਰਨ ਆਪਣੇ ਪਰਿਵਾਰ ਦੀ ਲਵੋ, ਆਪਣੇ ਧਨ ਦੀ ਲਵੋ, ਆਪਣੇ ਮਕਾਨਾਂ ਦੀ ਰਹੋ, ਨਹੀਂ। ਉਹਨਾਂ ਨੇ ਕਿਹਾ ਜੇ ਸੱਚੀ ਸੁੱਚੀ ਸੁੱਖ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਅਕਾਲ ਪੁਰਖ ਦੀ ਸ਼ਰਨ ਵਿੱਚ ਆਓ। ਔਰ ਉਹ ਕੀ ਹੈ? ਇੱਕ ਦੀ ਸ਼ਰਨ ਵਿੱਚ ਆ ਜਾਓ, ਫਿਰ ਕੀ ਹੁੰਦਾ? ਲਓ, ਹੁਣ ਜ਼ਿੰਦਗੀ ਵਿੱਚ ਸਤਿਗੁਰੂ ਜੀ ਅੱਗੋਂ ਫਰਮਾਨ ਕਰਦੇ ਨੇ, ਕਹਿੰਦੇ ਇੱਕੋ ਭਾਈ ਮਿੱਤਰ ਮਿੱਤ ਇੱਕ, ਇੱਕੋ ਮਾਤ ਪਿਤਾ ਇੱਕ, ਸਕੀ ਮਨ ਟੇਕ ਹੈ ਜਿਨ ਜੀਓ ਪਿੰਡ ਦਿੱਤਾ, ਸੋ ਪ੍ਰਭ ਮਨੋ ਨਾ ਵਿਸਰੇ ਜਿਨ ਸਭ ਕੁਝ ਵਸ ਕੀਤਾ। ਮਾੜੇ ਮੋਟੇ ਰੱਬ ਨੂੰ ਤਾਂ ਨਹੀਂ ਗੁਰੂ ਸਾਹਿਬ ਜੋੜਦੇ ਸਾਨੂੰ, ਮੇਰੇ ਗੁਰੂ ਦਾ ਜਿਹੜਾ ਰੱਬ ਆ ਨਾ ਉਹ ਮਨੁੱਖ ਦੇ ਸਾਰੇ ਬਣਾਇਆ ਰੱਬਾਂ ਤੋਂ ਬਹੁਤ ਹੀ ਉੱਚਾ, ਬਹੁਤ ਹੀ ਉੱਪਰ।
ਕਹਿ ਕੇ ਮਨੁੱਖ ਨੇ ਰੱਬ ਬਣਾ ਲਏ ਆਪੋ ਆਪਣੇ, ਔਰ ਅੱਜ ਵੀ ਬਣਾਏ ਨੇ ਆਪਣੇ ਹਿਸਾਬ ਦੇ ਨਾਲ ਰੱਬ ਬਣਾ ਕੇ ਬੁੱਤ ਪ੍ਰਸਤੀ ਚੱਲੀ ਇੰਡੀਆ 'ਚ, ਹਵਾ ਦੀ ਹਵੀ ਹਵਾ ਦਾ ਬੁੱਤ ਬੁੱਤ ਬਣਾ ਤਾ, ਦੇਵਤਾ ਬਣਾ ਤਾ, ਸੂਰਜ ਦਾ ਦੇਵਤਾ ਬਣਾ ਤਾ, ਕੀ ਕੋਈ ਸੂਰਜ ਦੀ ਸੂਰਜ ਜਿਹੜਾ ਅਕਾਲ ਪੁਰਖ ਦੀ ਰਚਨਾ ਉਹਦਾ ਕੋਈ ਦੇਵਤਾ ਬਣਾ ਸਕਦਾ? ਚੰਦ ਦਾ ਦੇਵਤਾ ਬਣਾ ਤਾ, ਅੱਗ ਦਾ ਦੇਵਤਾ ਬਣਾ ਤਾ, ਪਾਣੀ ਦਾ ਦੇਵਤਾ ਬਣਾ ਤਾ, ਦੇ ਆਰ ਆਲ ਕ੍ਰੀਏਟਡ ਬਾਈ ਮੈਨ। ਔਰ ਜੇ ਉਹ ਮੈਨ ਮੇਡ ਦੇਵਤੇ ਬਣਾਏ ਹੋਏ ਨੇ, ਕੀ ਉਹ ਸੱਚ ਹੋ ਸਕਦਾ? ਨਹੀਂ, ਮੈਨ ਮੇਡ ਕੋਈ ਚੀਜ਼ ਬਣਾਈ ਹੋਈ ਸੱਚ ਨਹੀਂ ਹੁੰਦੀ। ਤਾਂ ਇਸ ਕਰਕੇ ਅਸੀਂ ਉਸ ਅਕਾਲ ਪੁਰਖ ਦੀ ਟੇਕ ਲੈਣੀ ਕਿਹਦੀ? ਜਿਹੜਾ ਮੈਂ ਇਹ ਸਮਝਿਆ ਕਿ ਮੇਰਾ ਮਿੱਤਰ ਅਗਰ ਹੈ ਤਾਂ ਸਿਰਫ ਮੇਰਾ ਅਕਾਲ ਪੁਰਖ ਹੈ। ਕਿਉਂ ਭਲਾ? ਕਿਉਂਕਿ ਮਿੱਤਰ ਘਨੇੜੇ ਕਰ ਥਕੀ ਮੇਰਾ ਦੁੱਖ ਕਾਟੇ ਕੋਏ। ਜਿਤਨੇ ਮੇਰੇ ਮਿੱਤਰ ਨੇ ਮਤਲਬ ਹੀ ਨੇ, ਪੁੱਤਰ ਧੀਆਂ ਵੀ ਮਤਲਬ ਨੇ, ਪਤੀ ਪਤਨੀ ਵੀ ਮਤਲਬ ਦੇ ਨੇ। ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਮੈਂ ਤੈਨੂੰ ਉਹਦੇ ਨਾਲ ਜੋੜਦਾ ਹਾਂ ਜਿਹਦੇ ਨਾਲ ਜਿਸ ਨੂੰ ਤੇਰੇ ਨਾਲ ਕੋਈ ਮਤਲਬ ਨਹੀਂ ਹੈਗਾ। ਬਿਲਕੁਲ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲਏ, ਜਿਹੜਾ ਤੁਸੀਂ ਕਿਹਾ, ਤਾਂ ਇਸ ਤੋਂ ਇੱਕ ਸਵਾਲ ਇਹ ਖੜਾ ਹੁੰਦਾ ਕਿ ਮਤਲਬ ਫਿਰ ਤੁਸੀਂ ਮਨ ਪਰਚਾਵੇ ਦਾ ਜਿਹੜਾ ਜ਼ਿਕਰ ਕੀਤਾ ਹੈਗਾ, ਅੱਜ ਸਮਾਂ ਸਾਡੇ ਕੋਲ ਜਦੋਂ ਨਹੀਂ ਬੀਤਦਾ ਤਾਂ ਫਿਰ ਮਨ ਪਰਚਾਵੇ ਅਸੀਂ ਬਹੁਤ ਕੁਝ ਕਰਦੇ ਹਾਂ। ਸੋ ਸ਼ਰਨ ਰਾਮ ਦੀ ਜਿਹੜੀ ਲੈਣੀ ਹੈ ਉਹ ਕਿਸ ਤਰ੍ਹਾਂ ਲੈਣੀ? ਕਿ ਹਰ ਸਮੇਂ ਪਾਠ ਹੀ ਕਰਨਾ, ਕਿ ਹਰ ਸਮੇਂ ਅਸੀਂ ਉਸਨੂੰ ਸਿਮਰਨ ਕਰਨਾ, ਕਿਸ ਤਰ੍ਹਾਂ ਕਰਨਾ? ਇਹ ਵੀ ਕੌਨਸੈਪਟ ਬਾਰੇ ਅਸੀਂ ਇਸ ਬ੍ਰੇਕ ਤੋਂ ਬਾਅਦ ਤੁਹਾਡੇ ਤੋਂ ਜਾਣਕਾਰੀ ਲੈਣੀ ਹੈ। ਵੈਨਕਾਸਾ ਟਾਈਲ ਅਤੇ ਸਟੋਨ ਸ਼ੋਰੂਮ ਇੱਕ ਐਸੀ ਥਾਂ ਹੈ ਜਿੱਥੇ ਤੁਹਾਨੂੰ ਹੋਲਸੇਲ ਕੀਮਤਾਂ ਤੇ ਹਰ ਕਿਸਮ ਦੀਆਂ ਟਾਈਲਸ, ਸਟੋਨ, ਮਾਰਬਲ, ਬੈਕਸਪਲੈਸ਼, ਮੋਜ਼ੇਕ ਆਦਿ ਵਾਜਬ ਕੀਮਤਾਂ ਤੇ ਮਿਲ ਸਕਦਾ ਹੈ। ਇਟਾਲੀਅਨ, ਸਪੈਨਿਸ਼, ਚਾਈਨੀਜ਼ ਪੋਰਸਲੇਨ ਜਾਂ ਸਿਰਾਮਿਕ ਟਾਈਲਸ ਜਾਂ ਮਾਰਬਲ ਸਪੈਸ਼ਲ ਆਰਡਰ ਤੇ ਜਾਂ ਕਲੀਅਰੈਂਸ ਤੇ ਲੈ ਸਕਦੇ ਹੋ। ਮਾਲਕ ਡਾਇਰੈਕਟ ਟਾਈਲਸ ਇੰਪੋਰਟ ਕਰਦੇ ਹਨ, ਜਿਸ ਕਰਕੇ ਵਧੀਆ ਕੁਆਲਿਟੀ ਦਾ ਸਮਾਨ ਤੁਸੀਂ ਆਪਣੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ। ਅੱਜ ਹੀ ਵਿਜ਼ਿਟ ਕਰੋ 1304284 ਐਵਨਿਊ ਸਰੀ। ਪੰਜਾਬੀ ਹਿੰਦੀ ਵਿੱਚ ਗੱਲ ਕਰਨ ਲਈ ਕਾਲ ਕਰੋ 604-330-7363 604-330-7363। ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 604-507-6666। ਗਿਆਨੀ ਸਵਰਨ ਸਿੰਘ ਜੀ ਸਾਨੂੰ ਜੋੜ ਰਹੇ ਨੇ ਗੁਰੂ ਦੀ ਬਾਣੀ ਨਾਲ, ਜਿੱਥੇ ਕਿ ਗੁਰੂ ਸਾਹਿਬ ਸਾਨੂੰ ਉਪਦੇਸ਼ ਕਰਦੇ ਨੇ ਕਿ ਇੱਕ ਨਾਲ ਜੁੜਨਾ ਹੈ। ਤਾਂ ਬ੍ਰੇਕ ਤੋਂ ਪਹਿਲਾਂ ਬਹੁਤ ਵਧੀਆ ਗੱਲ, ਜਿਹੜਾ ਇਹ ਸ਼ਬਦ ਸਾਨੂੰ ਐਕਸਪਲੇਨ ਕਰ ਰਹੇ ਨੇ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਜੀਵਨ 'ਚੋਂ ਪਰਿਵਰਤਨ ਲਿਆਉਣਾ ਅਤੇ ਸ਼ਰਨ ਰਾਮ ਦੀ ਲੈਣੀ ਹੈਗੀ ਹੈ। ਪਰ ਕਈ ਵਾਰ ਇਹ ਸਾਨੂੰ ਸਮਝ ਨਹੀਂ ਆਉਂਦਾ। ਗੁਰੂ ਨੇ ਇੱਕ ਪਾਸੇ ਤਾਂ ਗ੍ਰਸਥ ਜੀਵਨ ਨੂੰ ਕਿਹਾ ਕਿ ਗ੍ਰਸਥ ਜੀਵਨ ਵਿੱਚ ਰਹਿੰਦੇ ਹੋਏ ਅਸੀਂ ਉਸ ਇੱਕ ਨਾਲ ਜੁੜਨਾ ਹੈ, ਪਰ ਗ੍ਰਸਥ ਜੀਵਨ ਵਿੱਚ ਰਹਿੰਦੇ ਹੋਏ ਜਦੋਂ ਮਨ ਪਰਚਾਵੇ ਦਾ ਜ਼ਿਕਰ ਆਉਂਦਾ ਹੈ ਤਾਂ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਾਠ ਤਾਂ ਹਰ ਸਮੇਂ ਕੀਤਾ ਨਹੀਂ ਜਾ ਸਕਦਾ। ਸੋ ਸ਼ਰਨ ਰਾਮ ਦੇ ਕੀ ਕੋਨਸੈਪਟ ਹੈਗਾ ਔਰ ਇਸ ਬਾਰੇ ਡੀਪਲੀ ਕੁਝ ਹੋਰ ਜਾਣਕਾਰੀ ਲੈਂਦੇ ਹਾਂ ਗਿਆਨੀ ਸਵਰਨ ਸਿੰਘ ਜੀ। ਗਿਆਨੀ ਜੀ, ਦੇਖੋ ਜਦੋਂ ਮਰਜ਼ੀ ਲੈ ਦਿਓ ਗੱਲ ਨੂੰ। ਬੰਦੇ ਦਾ ਮਨ ਜਿਹੜਾ ਨਾ ਕਈ ਤਰੀਕੇ ਦੇ ਨਾਲ ਉਹ ਭੱਜਦਾ ਨੱਸਦਾ, ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਕਈ ਬਹਾਨੇ ਬਣਾ ਲੈਂਦਾ। ਅਤੇ ਲੇਕਿਨ ਜਦੋਂ ਦੇਖੀਏ ਆਪਾਂ, ਇੱਥੇ ਮੈਂ ਕਹਿੰਦਾ ਟੇਕ ਕਿਹਦੀ ਆ? ਮੈਂ ਰੱਬ ਦੀ ਟੇਕ ਦੇ ਨਾਲ ਜੀਵਨ ਬਤੀਤ ਕਰਦਾ, ਮੈਂ ਰੱਬ ਦੀ ਟੇਕ ਦੇ ਨਾਲ ਆਪਣਾ ਪਰਿਵਾਰ ਬਣਾਉਣਾ, ਮੈਂ ਰੱਬ ਦੀ ਟੇਕ ਦੇ ਨਾਲ ਹੀ ਆਪਣਾ ਧਨ ਦੌਲਤ ਕਮਾਉਣਾ, ਮੈਂ ਰੱਬ ਦੀ ਟੇਕ ਨਾਲ ਹੀ ਮੈਂ ਆਪਣਾ ਜੀਵਨ ਸਰਿਸ਼ਿਤ ਜੋ ਕੁਛ ਬਣਾਇਆ ਉਹਦੀ ਟੇਕ ਨਾਲ ਬਣਾਇਆ, ਉਹ ਬਣਾਇਆ ਵੀ ਉਹਦੀ ਟੇਕ ਨਾਲ। ਅੱਛਾ, ਮੈਂ ਉਹਦੀ ਟੇਕ ਨੂੰ ਛੱਡ ਕੇ ਜੋ ਬਣ ਗਿਆ ਉਹਦੀ ਟੇਕ ਨਾ ਲਵਾਂ, ਲੇਕਿਨ ਉਹਦੀ ਆਪਣਾ ਫਰਜ਼ ਪੂਰਾ ਕਰਾਂ, ਪਰ ਆਸਰਾ ਮੇਰਾ ਸਿਰਫ ਰੱਬ 'ਤੇ ਹੋਵੇ। ਕਿਉਂ ਭਲਾ? ਵੇਖੋ ਜੋ ਕੁਛ ਮੈਂ ਬਣਾਇਆ, ਜਿਸ ਦਿਨ ਮੇਰਾ ਅੰਦਰ ਰਿਮੋਟ ਕੰਟਰੋਲ ਵਿੱਚ ਖਤਮ ਹੋ ਗਿਆ ਕੰਮ, ਦੱਸੋ ਤੁਹਾਡਾ ਕੌਣ ਹੈ? ਕੋਈ ਨਹੀਂ ਨਾ। ਓਕੇ, ਫਿਰ ਦੂਜੀ ਗੱਲ, ਮੈਂ ਜਦੋਂ ਤੁਸੀਂ ਸਵਾਲ ਕੀਤਾ ਨਾ, ਬਹੁਤ ਵਧੀਆ ਕੀਤਾ। ਐਵਰੀ ਪਰਸਨ ਹੈਜ਼ ਹਿਸ ਓਨ ਵਰਲਡ, ਹਰ ਇੱਕ ਮਨੁੱਖ ਦੀ ਆਪੋ ਆਪਣੀ ਦੁਨੀਆ ਆ, ਐਂਡ ਦੈਟ ਵਰਲਡ ਇਜ਼ ਦਾ ਕ੍ਰੀਏਸ਼ਨ ਆਫ ਯੂਅਰ ਮਾਇੰਡ। ਮਨ ਨੇ ਕ੍ਰੀਏਟ ਕੀਤਾ ਜੋ ਕੁਝ, ਔਰ ਮਨ ਕ੍ਰੀਏਟ ਕਰਕੇ ਉਹਨੂੰ ਆਪਣੇ ਸਭ ਕੁਝ ਉਹਨੂੰ ਸੱਚ ਸਮਝਦਾ। ਹੁਣ ਵੇਖਣਾ ਕਿ ਜਿਹੜੀ ਮਨ ਦੀ ਕ੍ਰੀਏਸ਼ਨ ਆ ਉਹ ਸੱਚ ਹੈ, ਜਿੱਦਾਂ ਤੁਸੀਂ ਆਖਿਆ ਮੈਨੂੰ ਵਾਈਫ ਵੀ ਚਾਹੀਦੀ ਆ, ਪਤੀ ਵੀ ਚਾਹੀਦਾ, ਪਤਨੀ ਨੂੰ ਬੱਚੇ ਵੀ ਚਾਹੀਦੇ ਆ, ਧਨ ਦੌਲਤ ਵੀ ਚਾਹੀਦਾ, ਸਭ ਕੁਝ ਚਾਹੀਦਾ, ਬਟ ਦੀਜ਼ ਆਰ ਆਲ ਕ੍ਰੀਏਸ਼ਨ ਆਫ ਮਾਈ ਮਾਇੰਡ। ਪਰ ਸੱਚ ਉਹਨਾਂ 'ਚ ਕੋਈ ਨਹੀਂ ਹੈਗਾ, ਕਿਉਂਕਿ ਸੱਚ ਤਾਂ ਨਹੀਂ ਕੋਈ ਵੀ, ਉਹ ਇੱਕ ਸਿਰਫ ਇੱਕ ਪਰਛਾਵਾਂ ਆ, ਇੱਕ ਸੁਪਨਾ ਆ, ਔਰ ਸੁਪਨਾ ਕਦੀ ਸੱਚ ਨਹੀਂ ਹੁੰਦਾ। ਵੇਖੋ, ਮੈਂ ਸੁਪਨੇ ਦੀ ਗੱਲ ਵੀ ਜ਼ਰੂਰ ਦੱਸਣੀ ਚਾਹੁੰਦਾ। ਇੱਥੇ ਮੇਰੀਆਂ ਅੱਖਾਂ ਵੇਖਦੀਆਂ ਨੇ
ਤੁਹਾਨੂੰ ਵੇਖਦਾ, ਅੱਖਾਂ ਤੁਹਾਡਾ ਇਮੇਜ ਬਣ ਗਿਆ ਮੇਰੀ ਅੱਖਾਂ 'ਚ, ਇਮੇਜ ਵੀ ਪੁੱਠਾ ਬਣਿਆ। ਔਰ ਫਿਰ ਮੈਂ ਇਮੇਜ ਜਦੋਂ ਬਣਿਆ ਤਾਂ ਮੇਰੇ ਫਿਰ ਜਿਹੜੀ ਸੀ ਆਈ ਸਾਈਟ ਦੇ ਵਿੱਚ ਆਈ ਨਰਵ ਨੇ ਉਹਦਾ ਫੈਸਲਾ ਕੀਤਾ ਵੀ ਤੁਹਾਡੀ ਸ਼ਕਲ ਇਹੋ ਜਿਹੀ ਆ। ਅੱਛਾ, ਮੈਂ ਤੁਹਾਡੀ ਸ਼ਕਲ ਆਪਣੀ ਅੱਖ ਵਿੱਚ ਮੈਮਰੀ 'ਚ ਪਾ ਲਈ। ਹੁਣ ਕਿਉਂਕਿ ਮੈਂ ਤੁਹਾਨੂੰ ਵੇਖਿਆ ਤਾਂ ਮੈਨੂੰ ਪਤਾ ਲੱਗਿਆ ਤੇ ਹਰਪ੍ਰੀਤ ਸਿੰਘ ਇਹੋ ਜਿਹੇ ਨੇ। ਤੁਹਾਨੂੰ ਵੇਖ ਕੇ ਮੈਂ ਅੰਦਾਜ਼ਾ ਸਾਰਾ ਰਿਜ਼ਲਟ ਕੱਢਿਆ ਨਾ, ਪਰ ਕੀ ਇਹ ਸੱਚ ਹੈ ਹੁਣ ਵੇਖਣਾ ਇਹ ਆ। ਔਰ ਜਦੋਂ ਮੈਂ ਸੌ ਜਾਂਦਾ, ਨੀਂਦ ਆਉਂਦੀ ਆ, ਤਾਂ ਨੀਂਦ ਆਏ ਵਿੱਚ ਮੈਂ ਆਪਣਾ ਘਰ ਵੇਖ ਲੈਂਦਾ, ਉਹ ਅੱਖਾਂ ਦੀ ਮੂਰਤ ਹੁੰਦਾ ਨਹੀਂ, ਔਰ ਮੈਂ ਆਪਣੀ ਘਰ ਵਾਲੀ ਵੇਖ ਲੈਂਦਾ, ਆਪਣੇ ਬੱਚੇ ਵੀ ਵੇਖ ਲੈਂਦਾ, ਇੱਥੋਂ ਤੱਕ ਮੈਂ ਆਪਣੀ ਮਰੀ ਹੋਈ ਮਾਂ ਨੂੰ ਵੀ ਵੇਖ ਲੈਂਦਾ, ਔਰ ਇੱਥੋਂ ਤੱਕ ਮੈਂ ਪਹਿਲੀ ਕਲਾਸ 'ਚ ਪੜ੍ਹਦਾ ਹੁੰਦਾ, ਮੈਂ ਕਾਲਜ ਵੀ ਦੇਖ ਲੈਂਦਾ, ਸਕੂਲ ਵੀ ਦੇਖ ਲੈਂਦਾ। ਹੋਰ ਤੁਸੀਂ ਦੱਸੋ, ਉਹ ਮੇਰੀ ਅੱਖਾਂ ਦੇ ਸਾਹਮਣੇ ਤਾਂ ਹੈ ਨਹੀਂ, ਪਰ ਉਹ ਸਾਰਾ ਕੁਝ ਹੀ ਮੇਰੇ ਮਨ ਨੇ ਕ੍ਰੀਏਟ ਕਰ ਲਿਆ, ਮੇਰੀ ਮਾਂ ਨੇ ਵੀ ਕ੍ਰੀਏਟ ਕਰ ਲਿਆ, ਸ਼ਕਲ ਵੀ ਬਣਾ ਲਈ। ਇਸ ਕਰਕੇ ਜੋ ਕੁਝ ਅਸੀਂ ਸੰਸਾਰ ਵਿੱਚ ਵੀ ਵੇਖਦੇ ਹਾਂ ਉਹ ਵੀ ਇੱਕ ਸਾਡੇ ਮਨ ਦੀ ਹੀ ਕ੍ਰੀਏਸ਼ਨ ਹੈ। ਮੈਨੂੰ ਵਾਈਫ ਮਿਲੀ, ਮੈਂ ਕਿਹਾ ਵੀ ਇਹ ਮੇਰੀ ਵਾਈਫ ਆ, ਮੇਰੇ ਮਨ ਨੇ ਫੈਸਲਾ ਕਰ ਲਿਆ। ਪਰ ਸੱਚ ਜਾਣੋ, ਇਹ ਸਾਰੇ ਦੇ ਸਾਰਾ ਇੱਕ ਸੁਪਨਾ ਆ, ਕਿਉਂਕਿ ਜਦੋਂ ਆਪਣੀ ਸਾਰੀ ਜ਼ਿੰਦਗੀ ਵੀ ਦੇਖਦੇ ਹਾਂ ਸਾਰੀ ਸੁਪਨਾ ਹੁੰਦੀ ਆ। ਤੁਹਾਡਾ ਜਿਹੜਾ ਸਵਾਲ ਸੀਗਾ ਨਾ, ਉਹ ਇਹ ਸੀ ਕਿ ਸਾਨੂੰ ਸਾਰੀ ਦੇਰ ਤਾਂ ਪਾਠ ਨਹੀਂ ਕਰ ਸਕਦੇ। ਮੈਂ ਪਾਠ ਦੀ ਗੱਲ ਨਹੀਂ ਕੀਤੀ, ਮੈਂ ਟੇਕ ਦੀ ਕੀਤੀ ਆ। ਕਿਹੜੇ ਆਸਰੇ ਅਸੀਂ ਜੀਵਨ ਬਤੀਤ ਕਰਦੇ ਹਾਂ, ਕਿਸ ਦੇ ਆਸਰੇ ਸਾਡਾ ਜੀਵਨ ਚੱਲਦਾ? ਸਾਡਾ ਰੱਬ ਦੇ ਇੱਕ ਦੇ ਆਸਰੇ ਸਾਡਾ ਜੀਵਨ ਚੱਲਦਾ। ਸਾਡਾ ਧਿਆਨ ਜਿਹੜਾ ਹੈਗਾ ਨਾ, ਉਸ ਇੱਕ ਨਾਲ ਹੀ ਰਹੇ ਕਿ ਜੋ ਹੈ ਅਕਾਲ ਪੁਰਖ, ਇਹ ਬੋਡੀ ਵੀ ਤੇਰੇ ਆਸਰੇ ਆ, ਇਹ ਜੀਵਨ ਵੀ ਤੇਰੇ ਆਸਰੇ ਆ, ਔਰ ਤੇਰੇ ਆਸਰੇ ਤੋਂ ਬਗੈਰ ਮੇਰਾ ਕੁਝ ਵੀ ਨਹੀਂ ਹੈਗਾ। ਇਹ ਮੇਰਾ ਵਿਚਾਰ ਸੀਗਾ ਕਿ ਇੱਕ ਦੀ ਟੇਕ ਵਿੱਚ ਜੁੜੇ ਰਹੋਗੇ, ਤੁਹਾਡੀ ਭਟਕਣ ਜਿਹੜੀ ਉਹ ਮੁੱਕ ਜਾਂਦੀ ਹੈ। ਸੋ ਇੱਕ ਦੀ ਟੇਕ ਵਿੱਚ ਜੇ ਹੋਵਾਂਗੇ ਤਾਂ ਫਿਰ, ਜੇਕਰ ਤੁਸੀਂ ਵਪਾਰ ਵੀ ਕਰ ਰਹੇ ਹੋ ਤਾਂ ਫਿਰ ਉਸ ਟੇਕ ਵਿੱਚ ਰਹਿੰਦੇ ਹੋਏ ਤੁਸੀਂ ਕਿਸੇ ਦੇ ਨਾਲ ਹੇਰਾ ਫੇਰੀ ਨਹੀਂ ਕਰੋਗੇ। ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਤਾਂ ਉਸਦੀ ਟੇਕ ਵਿੱਚ ਰਹੋਗੇ, ਤਾਂ ਸਹਿਜ ਅਵਸਥਾ 'ਚ ਰਹਿ ਕੇ ਤੁਸੀਂ ਉਹ ਕੰਮ ਕਰੋਗੇ। ਸੋ ਇਹ ਟੇਕ ਜਿਹੜਾ ਹੈਗਾ, ਜਦੋਂ ਅਸੀਂ ਜਿਹਨੂੰ ਕਹਿੰਦੇ ਨੇ ਪਿੱਲਰ ਫੜ ਲਾਂਗੇ, ਤਾਂ ਫਿਰ ਉਸ ਨਾਲ ਸਾਨੂੰ ਆਪਣੇ ਆਪ ਹੀ ਜਿਹੜੀ ਸਾਡੀ ਨਈ ਆ ਉਹ ਚੱਲਦੀ ਰਹੇ ਜੀ। ਠੀਕ, ਅੱਗੇ ਗੁਰੂ ਸਾਹਿਬ ਕੀ ਕਹਿ ਰਹੇ ਜੀ ਸ਼ਬਦ? ਹਾਂਜੀ, ਫਿਰ ਕਹਿੰਦੇ ਆ, ਸੋ ਪ੍ਰਭ ਮਨੋ ਨਾ ਵਿਸਰੇ ਜਿਨ ਸਭ ਕੁਛ ਵਸ ਕੀਤਾ। ਸੋ ਪ੍ਰਭ ਮਨੋ ਨਾ ਵਿਸਰੇ ਜਿਨ ਸਭ ਕੁਛ ਕੀਤਾ, ਸਭ ਕੁਛ ਵਸ ਕੀਤਾ, ਕੰਟਰੋਲ। ਉਸ ਪ੍ਰਭ ਨੂੰ ਅਸੀਂ ਆਪਣੇ ਮਨੋ ਵਿਸਾਰਨ ਨਹੀਂ ਦੇਣਾ, ਇਹੀ ਗੁਰੂ ਸਾਹਿਬ ਜੋ ਕਹਿ ਰਹੇ ਨੇ। ਕਿਵੇਂ ਨਹੀਂ ਵਿਸਾਰਨ ਦੇਣਾ, ਕਿਹੜੇ ਉਹ ਸਟੈਪਸ ਨੇ, ਕੀ ਕੁਛ ਸਾਨੂੰ ਆਪਣੇ ਐਕਸਪੀਰੀਅੰਸ ਤੋਂ ਤੁਹਾਡੇ ਤੋਂ ਬ੍ਰੇਕ ਤੋਂ ਬਾਅਦ ਅਸੀਂ ਜਾਣਕਾਰੀ ਲਵਾਂਗੇ ਕਿ ਕਿਹੜੇ ਕਿਹੜੇ ਉਹ ਪਿੱਲਰਸ ਨੂੰ ਅਸੀਂ ਸਟਰੋਂਗ ਫੁੱਟ ਬਣਾ ਲਈਏ ਜਿਹਦੇ ਨਾਲ ਕਿ ਅਸੀਂ ਰੱਬ ਨੂੰ ਵਿਸਰਨ ਨਾ ਦਈਏ। ਇਸ ਬ੍ਰੇਕ ਤੋਂ ਬਾਅਦ ਜਾਣਕਾਰੀ ਲੈਣੇ। ਠੀਕ ਹੈ। ਜਦ ਵੀ ਤੁਸੀਂ ਨਾਰਥ ਅਮਰੀਕਾ ਦੇ ਸਭ ਤੋਂ ਵੱਡੇ ਕੱਪੜਿਆਂ ਦੇ ਸਟੋਰ 'ਤੇ ਆਉਂਦੇ ਹੋ ਤਾਂ ਰੋਸ਼ਨ ਅਰੋੜਾ ਅਤੇ ਸੁਭਾਸ਼ ਚੰਦਰ ਤੁਹਾਡਾ ਖਿੜੇ ਮੱਥੇ ਸਵਾਗਤ ਕਰਦੇ ਹਨ। ਪੰਜਾਬ ਕਲੋਥ ਹਾਊਸ ਵਿੱਚ ਤੁਹਾਨੂੰ ਮਿਲਦੇ ਹਨ ਵਾਜਿਬ ਕੀਮਤਾਂ 'ਤੇ ਟੌਪ ਕੁਆਲਿਟੀ ਦੇ ਫੈਬਰਿਕਸ ਅਤੇ ਰੈਡੀਮੇਡ ਗਾਰਮੈਂਟਸ, ਲੇਡੀਜ਼, ਜੈਂਟਸ ਅਤੇ ਬੱਚਿਆਂ ਦੇ ਕੱਪੜੇ ਭਾਰਤ ਤੋਂ ਇਲਾਵਾ ਜਪਾਨ, ਪਾਕਿਸਤਾਨ, ਕੋਰੀਆ, ਚਾਈਨਾ, ਯੂਰਪ ਅਤੇ ਇੰਡੋਨੇਸ਼ੀਆ ਤੋਂ ਮੰਗਵਾਉਂਦੇ ਹਨ। ਮਾਲਕਾਂ ਦੇ 4 ਦਹਾਕਿਆਂ ਦੇ ਐਕਸਪੀਰੀਅੰਸ ਦਾ ਫਾਇਦਾ ਲਓ ਅਤੇ ਉੱਚ ਕੁਆਲਿਟੀ ਦਾ ਸਮਾਨ ਘੱਟ ਕੀਮਤਾਂ 'ਤੇ ਖਰੀਦੋ। ਅੱਜ ਹੀ ਆਓ ਪੰਜਾਬ ਕਲੋਥ ਹਾਊਸ। ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 6045076666। ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸੈਗਮੈਂਟ ਵਿੱਚ। ਗਿਆਨੀ ਸਵਰਨ ਸਿੰਘ ਜੀ ਨਾਲ ਸਾਂਝ ਪਾ ਰਹੇ ਹਾਂ ਜੀ, ਬਹੁਤ ਹੀ ਮਹੱਤਵਪੂਰਨ ਵਿਸ਼ਾ ਅਤੇ ਬਹੁਤ ਹੀ ਇੰਟਰਸਟਿੰਗ ਟੋਪਿਕ। ਕਿਸ ਤਰੀਕੇ ਨਾਲ ਅਸੀਂ ਹਮੇਸ਼ਾ ਹੀ ਕਹਿੰਦੇ ਹਾਂ ਰੱਬ ਇੱਕ ਹੈ, ਰੱਬ 'ਤੇ ਟੇਕ ਰੱਖੋ, ਪਰ ਕਿਸ ਤਰ੍ਹਾਂ ਸਾਡਾ ਵਿਸ਼ਵਾਸ ਮਜ਼ਬੂਤ ਹੋ ਸਕੇ ਅਤੇ ਰੱਬ ਨੂੰ ਅਸੀਂ ਕਿਉਂ ਨਹੀਂ ਵਿਸਾਰਨਾ, ਉਸ ਬਾਰੇ ਹੋਰ ਜਾਣਕਾਰੀ ਲੈਂਦੇ ਜੀ ਗਿਆਨੀ ਜੀ। ਹਾਂਜੀ, ਆਪਾਂ ਗੱਲ ਇੱਥੇ ਛੱਡੀ ਸੀ ਜਿਹਨੇ ਸਭ ਕੁਛ ਵਸ ਕੀਤਾ। ਹੁਣ ਜੇ ਆਪਾਂ ਸਾਰੀ ਰਚਨਾ ਨੂੰ ਵੇਖੀਏ, ਮੇਰੇ ਵਸ ਵਿੱਚ ਕੀ ਆ? ਮੇਰੇ ਵਸ ਵਿੱਚ ਤਾਂ ਆਪਣਾ ਆਪ ਹੀ ਹੈ ਨਹੀਂ, ਲੇਕਿਨ ਮੈਂ ਉਹਦੇ ਵਸ ਵਿੱਚ ਹਾਂ, ਕਿਉਂਕਿ ਮੈਨੂੰ ਅਕਾਲ ਪੁਰਖ ਨੇ ਆਜ਼ਾਦੀ ਦਿੱਤੀ ਆ ਸੋਚਣ ਦੀ। ਲੇਕਿਨ ਸਭ ਕੁਛ ਮੈਨੂੰ ਨਹੀਂ ਦਿੱਤਾ, ਆਪਣੇ ਵਸ ਉਹਨੇ ਰੱਖ ਲਿਆ, ਖਾਸ ਤੌਰ ਦੇ ਉੱਤੇ ਕਿ ਮੇਰਾ ਜੀਵਨ ਉਹਨੇ ਆਪਣੇ ਵਸ ਵਿੱਚ ਰੱਖਿਆ ਹੋਇਆ। ਅਤੇ ਜਦੋਂ ਸਾਰੀ ਰਚਨਾ ਨੂੰ ਵੇਖਦੇ ਹਾਂ ਕਿ ਪਰਮਾਣੂ ਤੋਂ ਲੈ ਕੇ ਸਾਰੇ ਪਦਾਰਥ ਸਾਰੇ ਉਹਦੇ ਵਸ ਵਿੱਚ ਚੱਲਦੇ ਆ, ਔਰ ਸਾਰੀਆਂ ਸ਼ਕਤੀਆਂ, ਹਵਾ, ਪਾਣੀ, ਅੱਗ, ਧਰਤੀ, ਆਕਾਸ਼, ਤਾਰੇ, ਸਿਤਾਰੇ, ਔਰ ਸਾਰੇ ਉਹਦੇ ਵਸ ਵਿੱਚ। ਬਲਕਿ ਦੇਖੋ ਤੁਸੀਂ ਬਨਸਪਤੀ ਨੂੰ ਧਿਆਨ ਦੇਖੋ, ਬਨਸਪਤੀ ਦਾ ਇੱਕ ਇੱਕ ਬੂਟਾ ਉਹਨੂੰ ਧਿਆਨ ਨਾਲ ਦੇਖਿਆ ਜਾਏ ਤਾਂ ਉਹ ਵੀ ਉਹਨੇ ਆਪਣੇ ਵਸ ਵਿੱਚ ਕੀਤੇ ਹੋਏ ਨੇ। ਔਰ ਕਿਉਂਕਿ ਵਸ 'ਚ ਮੈਂ ਦੇਖਦਾ ਹਾਂ ਕਿ ਜਦ ਬੂਟੇ ਉੱਗਦੇ ਨੇ
ਉਹਨਾਂ ਦੀਆਂ ਪੱਤੀਆਂ ਉੱਗਦੀਆਂ ਨੇ, ਉਹਨਾਂ ਨੂੰ ਫੁੱਲ ਲੱਗਦੇ ਨੇ, ਫਲ ਲੱਗਦੇ ਨੇ, ਅਤੇ ਉਹਦਾ ਜਿਹੜਾ ਡਿਜ਼ਾਇਨ ਬਣਿਆ ਹਰ ਇੱਕ ਚੀਜ਼ ਦਾ, ਉਹ ਇੱਕ ਕਮਾਲ ਦਾ ਡਿਜ਼ਾਇਨ ਵਾ। ਔਰ ਅਕਾਲ ਪੁਰਖ ਨੇ ਜਿਹੜੇ ਪਸ਼ੂ ਲੈ ਲਓ, ਪੰਛੀ ਲੈ ਲਓ, ਕੀੜੇ ਮਕੌੜੇ ਲੈ ਲਓ, ਸੱਪ ਸਪੋੜੀਏ ਲੈ ਲਓ, ਕਮਾਲ ਦੀ ਗੱਲ ਨਹੀਂ ਕਿ ਸਾਰੇ ਦੇ ਸਾਰੀ ਰਚਨਾ ਦਾ ਰਚਣਹਾਰ ਜਿਹੜਾ ਇੱਕ ਵਾਰ, ਔਰ ਸਾਰੇ ਉਹਦੇ ਵੱਸ ਵਿੱਚ ਨੇ। ਇਸ ਕਰਕੇ ਅਸੀਂ ਉਸ ਮਾਲਕ ਦੇ ਨਾਲ ਜੁੜਨਾ, ਉਹਦੀ ਟੇਕ ਰੱਖਣੀ ਜਿਹਨੇ ਸਭ ਕੁਝ ਹੀ ਵੱਸ ਵਿੱਚ ਕੀਤਾ ਹੋਇਆ। ਹੁਣ ਜਿਹਨੇ ਸਭ ਕੁਝ ਵੱਸ 'ਚ ਕੀਤਾ ਹੋਇਆ, ਉਹ ਕੋਈ ਛੋਟਾ ਜਿਹਾ ਰੱਬ ਤਾਂ ਨਹੀਂ ਹੋਏਗਾ ਨਾ, ਉਹ ਤਾਂ ਇੱਕ ਮਹਾਨ ਹੋਏਗਾ ਜਿਹੜਾ ਹਰ ਥਾਂ 'ਤੇ ਰਹਿੰਦਾ, ਜਿਹੜਾ ਸਤਨਾਮ ਵੀ ਹੈ, ਕਰਤਾ ਪੁਰਖ ਵੀ ਹੈ, ਨਿਰਭਉ ਵੀ ਹੈ, ਨਿਰਵੈਰ ਵੀ ਹੈ, ਅਕਾਲ ਮੂਰਤ ਵੀ ਹੈ, ਅਜੂਨੀ ਵੀ ਹੈ, ਸਹਿਪੋਂ ਵੀ ਹੈ, ਔਰ ਸਾਰਾ ਕੁਛ ਗਿਆਨ ਜਿਹੜਾ ਉਹਦੀ ਕਿਰਪਾ ਨਾਲ ਮਿਲਦਾ। ਖੈਰ ਮੈਂ ਦੱਸਣਾ ਸੀਗਾ, ਲਓ ਆਪਾਂ ਨਿਰਭਉ ਦੀ ਗੱਲ ਕਰਨ ਲੱਗੇ ਥੋੜ੍ਹੀ ਜਿਹੀ। ਜੇ ਸਭ ਕੁਛ ਵੱਸ ਕੀਤਾ, ਜੇ ਦੁਨੀਆਂ ਦੇ ਉੱਤੇ ਨਿਰਭਉ ਅਤੇ ਨਿਰਵੈਰ ਦੋ ਅਸੂਲਾਂ ਦੇ ਉੱਤੇ ਮਨੁੱਖ ਅੱਜ ਚੱਲ ਪਵੇ ਇਹ ਬਾਬੇ ਨਾਨਕ ਨੇ 550 ਸਾਲ ਪਹਿਲਾਂ ਇੱਕ ਥਿਊਰੀ ਦਿੱਤੀ, ਇੱਕ ਆਈਡੀਆ ਦਿੱਤਾ ਕਿ ਇਹ ਦੁਨੀਆਂ ਦੇ ਕੋ ਇੱਕ ਤਾਂ ਤੁਸੀਂ ਨਿਰਵੈਰ ਹੋ ਜਾਓ, ਇੱਕ ਤੁਸੀਂ ਨਿਰਭਉ ਹੋ ਜਾਓ। ਜਿਹੜਾ ਨਿਰਵੈਰ ਹੋ ਗਿਆ ਨਿਰਭਉ ਹੋ ਗਿਆ। ਅਤੇ ਅੱਜ ਦੁਨੀਆਂ ਦੇ ਉੱਤੇ ਜਿਤਨੇ ਝਗੜਿਆਂ ਦੇ ਕਾਰਨ ਹੈਗੇ ਆ, ਇਹ ਦੋਨੇ ਦੇ ਕਾਰਨ ਕਰਕੇ ਆ। ਨਾ ਲੋਕ ਨਿਰਵੈਰ ਹੋਏ ਆ, ਨਾ ਨਿਰਭਉ ਹੋਏ ਆ, ਅਤੇ ਦੁਨੀਆਂ 'ਤੇ ਸ਼ਾਂਤੀ ਤਾਂ ਹੀ ਕਦੀ ਹੋਣ ਦੀ ਆਸ ਸਾਨੂੰ ਨਜ਼ਰ ਨਹੀਂ ਆਉਂਦੀ। ਸੋ ਖੈਰ ਅਸੀਂ ਤਾਂ ਜਦੋਂ ਤੁਸੀਂ ਆਖ ਰਹੇ ਸੀ, ਦੇਖੋ ਜਿੱਥੇ ਵੀ ਤੁਸੀਂ ਡਿਊਟੀ ਦਿੰਦੇ ਹੋ, ਜਿੱਥੇ ਵੀ ਤੁਸੀਂ ਫਰਜ਼ ਪੂਰਾ ਕਰਦੇ ਹੋ, ਜੇ ਤੁਸੀਂ ਰੱਬ ਨਾਲ ਟੇਕ ਆ, ਫਿਰ ਤੁਸੀਂ ਆਪਣੇ ਮਨ ਨੂੰ ਡੋਲਣ ਤੋਂ ਬਚਾ ਲਓਗੇ। ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਨਾ, ਜਦੋਂ ਤੁਹਾਡਾ ਮਨ ਡੋਲ ਗਿਆ, ਫਿਰ ਤੁਸੀਂ ਕਰਪਟ ਵੀ ਹੋ ਜਾਓਗੇ। ਆਪਣੀ ਡਿਊਟੀ ਦੇ ਉੱਤੇ ਤੁਸੀਂ ਲੋਕ ਲੁੱਟਣ ਲੱਗ ਪਓਗੇ। ਕਿਉਂ ਲੁੱਟਣ ਲੱਗੇ? ਕਿਉਂਕਿ ਮੇਰੀ ਇੱਕ ਰੱਬ 'ਤੇ ਟੇਕ ਨਹੀਂ, ਮੇਰੀ ਉਹ ਧਨ 'ਤੇ ਟੇਕ ਵਾ, ਮੇਰਾ ਲੁੱਟਣ ਦੀ ਟੇਕ ਆ। ਹੁਣ ਇੱਥੇ ਆ ਕੇ ਗੱਲ ਹੈਗੀ, ਜਿੱਥੇ ਬੰਦਾ ਇੱਕ ਰੱਬ ਨਾਲ ਜੁੜਿਆ ਹੋਇਆ, ਉਹ ਚੰਗਾ ਭਰਾ ਬਣ ਸਕਦਾ, ਚੰਗੀ ਭੈਣ ਬਣ ਸਕਦੀ ਹੈ, ਚੰਗੀ ਪਤਨੀ ਬਣ ਸਕਦੀ ਹੈ, ਚੰਗਾ ਪਤੀ ਬਣ ਸਕਦਾ, ਚੰਗੇ ਪੁੱਤਰ ਅਤੇ ਧੀਆਂ ਬਣ ਸਕਦੇ ਨੇ, ਔਰ ਚੰਗਾ ਆਫਿਸਰ ਬਣ ਸਕਦਾ, ਚੰਗਾ ਵਕੀਲ ਬਣ ਸਕਦਾ, ਚੰਗਾ ਇੰਜੀਨੀਅਰ ਬਣ ਸਕਦਾ, ਚੰਗਾ ਡਾਕਟਰ ਬਣ ਸਕਦਾ, ਚੰਗਾ ਪੁਲਿਸਮੈਨ ਬਣ ਸਕਦਾ, ਇਮਾਨਦਾਰ ਬਣ ਸਕਦਾ, ਚੰਗਾ ਫੌਜੀ ਬਣ ਸਕਦਾ, ਚੰਗਾ ਉਹ ਪੋਲੀਟੀਕਲ ਲੀਡਰ ਬਣ ਸਕਦਾ, ਪਰ ਜੇ ਉਹਨੂੰ ਇੱਕ ਰੱਬ ਦੀ ਟੇਕ ਹੋਵੇ ਜਿਹਨੇ ਸਭ ਕੁਝ ਵੱਸ ਵਿੱਚ ਕੀਤਾ। ਸੋ ਜਿਹੜੇ ਲੋਕ ਇਸ ਅਸੂਲਾਂ 'ਤੇ ਚੱਲਦੇ ਨੇ, ਉਹਨਾਂ ਨੇ ਨਾਮਣਾ ਖੱਟਿਆ ਸੰਸਾਰ ਵਿੱਚ। ਉਹ ਇਮਾਨਦਾਰ ਹੋ ਕੇ ਸੱਚ 'ਤੇ ਚੱਲ ਕੇ ਲੋਕ ਭਲਾਈ ਲਈ, ਮਨੁੱਖਤਾ ਦੀ ਭਲਾਈ ਲਈ ਉਹ ਪਰਉਪਕਾਰੀ ਹੋਏ ਨੇ, ਕਿਉਂਕਿ ਉਹਨਾਂ ਨੂੰ ਟੇਕ ਮਾਇਆ ਦੀ ਨਹੀਂ, ਉਹਨਾਂ ਨੂੰ ਟੇਕ ਸਿਰਫ ਇੱਕ ਰੱਬ ਦੀ ਹੈਗੀ ਆ। ਇਸ ਕਰਕੇ ਜਿਹਨੇ ਸਭ ਕੁਝ ਵੱਸ ਵਿੱਚ ਕੀਤਾ, ਸਾਨੂੰ ਗੁਰੂ ਨੇ ਉਹਦੇ ਨਾਲ ਜੋੜਨ ਦਾ ਸਭ ਤੋਂ ਵੱਡਾ ਉਪਦੇਸ਼ ਦਿੱਤਾ। ਅੱਗੇ ਦੇਖੋ ਕਮਾਲ ਕਰ ਦਿੰਦੇ ਗੁਰੂ ਜੀ, ਕਹਿੰਦੇ ਨੇ ਘਰ ਇੱਕੋ ਬਾਹਰ ਇੱਕੋ, ਥਾਂ ਥਨੰਤਰ ਆਪ ਜੀ ਜੰਤ ਸਭ ਜਿਨਕੀਏ, ਆਠ ਪਹਿਰ ਤਿਸ ਜਾਪ, ਇੱਕ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਪ। ਹੁਣ ਵੇਖੋ ਮੇਰੇ ਧੰਨ ਗੁਰੂ ਅਰਜਨ ਦੇਵ, ਤੱਤੀਆਂ ਤਵੀਆਂ 'ਤੇ ਬੈਠਣ ਵਾਲੇ ਸਾਨੂੰ ਇੱਕ ਸੱਚਾ ਖੁੱਲ੍ਹੇ ਤੌਰ 'ਤੇ ਉਪਦੇਸ਼ ਦਿੰਦੇ ਨੇ ਕਿ ਦੇਖੋ ਦੁਨੀਆਂ ਦੇ ਲੋਕੋ, ਅੰਦਰ ਇਨਸਾਈਡ ਆਊਟਸਾਈਡ, ਅੰਦਰ ਅਤੇ ਬਾਹਰ ਇੱਕੋ ਹੀ ਆ। ਹੁਣ ਅੰਦਰ ਸਾਡੇ ਰੋਟੀ ਪਚਦੀ ਆ, ਅੰਦਰ ਫੇਫੜੇ ਕੰਮ ਕਰਦੇ ਨੇ, ਲਿਵਰ ਕੰਮ ਕਰਦਾ, ਅੰਦਰ ਸਾਡੇ ਬ੍ਰੇਨ ਕੰਮ ਕਰਦਾ, ਸਾਡੇ ਅੰਦਰ ਨਾੜੀਆਂ ਸਾਰੀਆਂ ਇੰਟੈਸਟਾਈਨਸ ਕੰਮ ਕਰਦੀਆਂ, ਬਲੱਡ ਸਰਕੂਲੇਟ ਕਰਦਾ, ਕੌਣ ਕਰਦਾ? ਹੁਣ ਉਹ ਕੌਣ ਕਰਨ ਵਾਲੇ ਕਿੰਨੇ ਨੇ ਅੰਦਰ ਬੈਠੇ? ਜੁਦੇ ਨੇ ਨਹੀਂ, ਇੱਕੋ ਹੀ ਆ ਜਿਹੜਾ ਸਾਰਾ ਇਸ ਫੰਕਸ਼ਨ ਹੋ ਰਿਹਾ। ਇਹਦਾ ਮਤਲਬ ਅੰਦਰ ਵੀ ਸਾਡੇ ਇੱਕੋ ਹੀ ਆ ਅਤੇ ਬਾਹਰ ਜੋ ਕੁਛ ਵੇਖਦੇ ਹਾਂ ਉਹ ਵੀ ਇੱਕੋ ਹੀ ਆ। ਕਹਿੰਦੇ ਨੇ ਘਰ ਇੱਕੋ ਬਾਹਰ ਇੱਕੋ, ਥਾਂ ਤੁਨੰਤਰ ਆਪ, ਸਾਰੀ ਜਗ੍ਹਾ ਜਗ੍ਹਾ 'ਤੇ ਕਣਕੇ ਕਣਕੇ ਵਿੱਚ ਉਸ ਅਕਾਲ ਪੁਰਖ ਦੀ ਹਸਤੀ ਅਤੇ ਸ਼ਕਤੀ ਫੰਕਸ਼ਨ ਕਰ ਰਹੀ ਹੈ। ਮੈਂ ਤੁਹਾਨੂੰ ਉਸ ਇੱਕ ਦੇ ਨਾਲ ਜੋੜਦਾ ਜਿਹੜਾ ਇੱਕੋ ਹੀ ਕਿਤਨੇ ਕੰਮ ਕਰ ਰਿਹਾ ਹੈ। ਇੱਕ ਇਸ ਕਰਕੇ ਸਤਿਗੁਰੂ ਜੀ ਆਖਦੇ ਨੇ ਜਿਤਨੇ ਜੀਵ ਜੰਤੂ ਨੇ ਇਹ ਸਾਰੇ ਦੇ ਸਾਰੇ ਉਸ ਅਕਾਲ ਪੁਰਖ ਦੀ ਹੀ ਰਚਨਾ ਹੈ। ਓਕੇ, ਉਸ ਅਕਾਲ ਪੁਰਖ ਨੂੰ ਅੱਠੇ ਪਰ ਚੇਤੇ ਰੱਖ। ਵੇਖੋ
ਅੱਜ ਐਗਰੀਕਲਚਰ ਡਿਪਾਰਟਮੈਂਟ ਨੇ ਅਮੈਰੀਕਾ ਦੇ ਵਿੱਚ ਖੋਜ ਕੀਤੀ ਆ ਕਿ ਜਿਤਨੀਆਂ ਇਨਸੈਕਟੀਸਾਈਡ ਪੈਸਟੀਸਾਈਡ ਯੂਜ਼ ਕੀਤੀਆਂ ਕਿੰਨੇ ਜੀਵ ਜੰਤੂ ਮਾਰੇ। ਮਾਰਨ ਤੋਂ ਬਹੁਤ ਹੈਰਾਨ ਨੇ ਕਿ ਜਦੋਂ ਅਸੀਂ ਮਾਰਨ ਵਾਸਤੇ ਦਵਾਈ ਲੱਭਦੇ ਹਾਂ ਵਿਦ ਇਨ ਨੈਕਸਟ ਈਅਰ ਮੋਰ ਦੈਨ 150 ਹੋਰ ਨਵੇਂ ਕੀੜੇ ਮਕੌੜੇ ਜੰਮ ਪੈਂਦੇ ਆ ਅਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਨੂੰ ਕਿਵੇਂ ਡੀਲ ਕੀਤਾ ਜਾਏ। ਇਹਦਾ ਮਤਲਬ ਅਸੀਂ ਕੁਦਰਤ ਦੇ ਨਾਲ ਪੰਗਾ ਲੈ ਲਿਆ ਨਾ, ਉਸ ਕੁਦਰਤ ਦੇ ਪੰਗੇ ਨਾਲ ਸਾਡਾ ਨੁਕਸਾਨ ਹੋ ਰਿਹਾ, ਬਲਕਿ ਅਸੀਂ ਜਿੱਤ ਨਹੀਂ ਰਹੇ, ਅਸੀਂ ਹਾਰ ਰਹੇ ਹਾਂ। ਬਿਲਕੁਲ ਜੀ, ਹਾਲ ਹੀ ਵਿੱਚ ਇੱਕ ਰਿਪੋਰਟ ਆਈ ਸੀ ਜਿਹੜਾ ਤੁਸੀਂ ਪੈਸਟੀਸਾਈਡਸ ਦਾ ਜ਼ਿਕਰ ਕੀਤਾ ਕਿ ਇਹਦੇ ਵਰਤਣ ਦੇ ਨਾਲ ਹੀ ਨਾ ਸਿਰਫ ਉਹ ਕੀੜੇ ਮਕੌੜੇ ਤਾਂ ਹੋਰ ਆਈ ਜਾ ਰਹੇ ਨੇ ਹਰ ਸਾਲ, ਪਰ ਲੋਕਾਂ ਦੀ ਸਿਹਤ 'ਤੇ ਖਾਸ ਤੌਰ 'ਤੇ ਹੁਣ ਜਿਹੜੇ ਬੱਚੇ ਜਨਮ ਰਹੇ ਨੇ ਉਹਨਾਂ ਦੇ ਵਿੱਚ ਡਿਮੈਂਸ਼ੀਆ ਜਾਂ ਉਹਨਾਂ ਦੇ ਵਿੱਚ ਜਿਹੜੀਆਂ ਹੋਰ ਪ੍ਰੋਬਲਮਸ ਆ ਰਹੀਆਂ ਨੇ, ਮਾਨਸਿਕ ਉਹਨਾਂ ਦੀ ਡਿਵੈਲਪਮੈਂਟ ਨਹੀਂ ਹੋ ਰਹੀ, ਉਹ ਇਸ ਕਰਕੇ ਕਿਉਂਕਿ ਇੰਨੇ ਵੱਧ ਅਸੀਂ ਪੈਸਟੀਸਾਈਡ ਵਰਤ ਚੁੱਕੇ ਹਾਂ। ਸੋ ਤੁਹਾਡਾ ਬਹੁਤ ਧੰਨਵਾਦ, ਤੁਸੀਂ ਇੱਥੇ ਆਉਂਦੇ ਹੋ, ਸਾਡੇ ਦਰਸ਼ਕਾਂ ਨੂੰ ਗੁਰੂ ਦੀ ਸੋਚ ਨਾਲ ਜੋੜਦੇ ਹੈਗੇ ਹੋ। ਇਸ ਸਫ਼ਰ ਨੂੰ ਅਸੀਂ ਅਗਲੇ ਹਫ਼ਤੇ ਕੰਟੀਨਿਊ ਰੱਖਾਂਗੇ ਕਿ ਇੱਕ ਨਾਲ ਕਿਉਂ ਜੁੜਨਾ ਹੈ ਅਤੇ ਇੱਕ ਦਾ ਹੀ ਸਿਧਾਂਤ ਸਾਡੇ ਜੀਵਨ ਦਾ ਕਿਉਂ ਸਿਧਾਂਤ ਬਣਨਾ ਚਾਹੀਦਾ ਹੈ। ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7755 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com। ਤੁਹਾਡੇ ਕੋਲ ਵੀ ਜੇਕਰ ਕੋਈ ਸਵਾਲ ਹੋਣ ਤਾਂ ਜ਼ਰੂਰ ਪਹੁੰਚ ਕਰਿਆ ਕਰੋ, ਜਾਂ ਡਾਇਰੈਕਟਲੀ ਗਿਆਨੀ ਸਵਰਨ ਸਿੰਘ ਜੀ ਨੂੰ ਫੋਨ ਕਰ ਸਕਦੇ ਹੋ 604-589-0761। ਪ੍ਰੋਗਰਾਮ ਦੀ ਕਰਦੇ ਹਾਂ ਇੱਥੇ ਹੀ ਸਮਾਪਤੀ, ਫਿਰ ਮਿਲਦੇ ਹਾਂ, ਤਦ ਤੱਕ ਦਿਓ ਆਗਿਆ, ਗੁੱਡ ਬਾਏ।